हेलो जी, सत श्री अकाल सारिआं नूं। अज मैं घर दी जिदां सवेर दा झाड़ू पोचा मैं करन लई हाँ, वो मैं तुहानूं शेयर करन लगी। नाले आ नवीं जिहड़ी बाल्टी लई सी ते इहनूं मैं कहा टैसट करके देखिए किदां पोचा वधिया लग रिहा, ते वो मैं पोचा लगा रही हाँ। इदां मैं डेली रोज़ ही सवेर नूं झाड़ू पोचा लगा लईदा आ। ते चलो पोचा बहुत वधिया, जिदा सारे पासे इदा ना नीचे बढ़ जाता है, ये छोटा जहा मोरियो मैं तो बहुत वधिया लग रहा है। नरे है ना पोचा चढ़ जाता सुखा सुखा लग रहा, हर एक जगह बढ़ जाता है छोटा जहां मारिया बंदे सारे। ते कपड़े मैं धोने पाते आ मशीन दे विच, हुण पोचा लगा के फिर कपड़े सुकने जिहड़े पायो आ अद्धे मैं सुकने पायो सी, अद्धे धो हो रहे आ, तो मुड़ के वो ला के तो सुकने पाऊंगी। पहला मैं पोचा लगा लवां, नाले जिहड़ियां कंधां साडियां कालियां होईयां सी वह भी मैं अज ही साफ कीतियां सारियां चंगी तरह। तो हुण इत्थे साबी आ गया सी, ते साबी नूं मैं दस रही सी वी आ देख हुण चंगी तरह साफ कीतियां। बच्चे सारे अज कोठे ते क्या ही कोठे चल जाओ, दवाई चढ़ती बहुत है। ਹਾਂਜੀ ਪਛਾਣੋ ਬੰਦਾ ਕੌਣ ਆ, ਮਾਵੇ ਉੱਗੇ ਰੱਖਾ ਕਰਦਾ ਪਛਾਣਾ ਕੌਣ ਆ। चलो हूँ मैं उधर तुम दिखाई बाद च, मैं उधर दिखाई तुम बाद च, हूँ मैं उधर भी पोचा ला। चलो जी हूँ इतने भी पोचा ला गया, इतने मैं तुम कह रही हूँ भी लास्ट तक बने रहो मेरे ब्लॉग ना। तो मैं तुम मैं कपड़े सुकने पहुँच जाना, तो नाल मैं अगला बरांडा साफ कर लगी वो मैं तुम दिखाई हाँ। जो लोबी होंगी अपनी जिते आप खाना वगैरह खाने उसे साफ कर रही हाँ। ਸਾਨੂੰ ਉਮੀਦ ਸੀ ਅੱਜ ਕਿਸੇ ਨੇ ਸਾਡੇ ਘਰ ਆਉਣਾ ਆ ਮਹਿਮਾਨ, ਪਰ ਉਹ ਨਹੀਂ ਆ ਰਹੇ ਹੈਗੇ, ਉਹ ਕਹਿੰਦੇ ਵੀ ਫਿਰ ਕਿਸੇ ਦਿਨ ਆਵਾਂਗੇ। ਅਤੇ ਜੇ ਆਏ ਤਾਂ ਜੇ ਉਹਨਾਂ ਕੈਮਰੇ ਮੁਰੇ ਆਉਣਾ ਚਾਹਿਆ ਤਾਂ ਠੀਕ ਆ, ਨਹੀਂ ਤਾਂ ਮੈਂ ਤੁਹਾਨੂੰ ਜੋ ਕੁਛ ਬਣਾਉਂਗੀ ਆਪਣੇ ਘਰ 'ਚ ਉਹ ਜ਼ਰੂਰ ਸ਼ੇਅਰ ਕਰੂੰਗੀ ਵੀ ਉਹਨਾਂ ਦੇ ਮਹਿਮਾਨ ਨੂੰ ਅੱਜ ਆਪਾਂ ਕਿੱਦਾਂ ਕੀਤੀ, ਕੀ ਕੁਛ ਖਿਲਾਇਆ, ਕੀ ਬਣਾਇਆ। ਅਤੇ ਚਲੋ ਹੁਣ ਮੈਂ ਫਟਾਫਟ ਪੋਚਾ ਲਾ ਲਵਾਂ ਅਤੇ ਫਿਰ ਮੈਂ ਤੁਹਾਨੂੰ ਮਿਲਦੀ ਹਾਂ। ਹੁਣ ਕੱਪੜੇ ਸੁੱਕਣੇ ਜਿਹੜੇ ਬਾਹਰ ਪਾਏ ਉਹ ਸੁੱਕ ਗਏ, ਉਹਨੇ ਧੁੱਪ ਵਾਹਲੀ ਤਿੱਖੀ ਲੱਗੀ ਆ ਅੱਜ, ਅਤੇ ਉਹ ਕੱਪੜੇ ਲਾ ਲੈਣੇ ਆ ਅਤੇ ਆਹ ਸੁੱਕਣੇ ਪਾਉਣੇ ਆ ਜਿਹੜੇ ਧੋ ਹੋ ਰਹੇ ਆ। ਵਿੱਚ ਤੁਹਾਨੂੰ ਆਵਾਜ਼ ਸੁਣਦੀ ਹੋਣੀ ਆ, ਛੋਟੀ ਨਾ ਮੈਨੂੰ ਐਡੀਟਿੰਗ ਵੀ ਕਰਨ ਦਿੰਦੀ ਵਿੱਚ ਗਿੱਧਾ ਪਾਈ ਜਾ ਰਹੀ ਆ। ਚਲੋ ਹੁਣ ਬੱਚਿਆਂ ਦੇ ਘਰ 'ਚ ਤਾਂ ਇੱਦਾਂ ਹੀ, ਕਿੱਥੇ ਬੰਦਾ ਲੁੱਕ ਕੇ ਬਹਿ ਕੇ ਐਡੀਟਿੰਗ ਕਰੇ। ਚਲੋ ਠੀਕ ਹੈ, ਹੁਣ ਨਾ ਮੈਂ ਤੁਹਾਨੂੰ ਪੋਚਾ ਲੱਗ ਗਿਆ ਚੁੱਕਾ ਹੈ, ਚਲੋ ਬਣੇ ਰਹੋ ਮੇਰੇ ਚੈਨਲ ਨਾਲ ਦਿਖਾਉਂਦੀ ਹੋਰ। ਹੁਣ ਆਹ ਦੇਖੋ ਆਹ ਜਿਹੜਾ ਪੋਚਾ ਹੈ ਨਾ, ਮੈਂ ਉਹਨਾਂ ਲਾ ਲਿਆ ਮੰਮੀ ਨੂੰ, ਹੁਣ ਮੈਂ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਪਾ ਦੇਣਾ, ਜਿੱਦਾਂ ਪੋਚਾ ਆਪਾਂ ਦੂਜਾ ਮਨ ਕਰੀ ਦਾ ਨਾ ਕੱਪੜੇ ਹੋਰ ਵੀ ਪੋਚੇ ਪੁੱਚੇ ਧੋਣੇ ਆ, ਉਹਦੇ ਨਾਲ ਹੀ ਇਹਨੂੰ ਪਾ ਦੇਣਾ, ਫਿਰ ਵਾਈਟ ਨਿਕਲਣਾ। ਦੇਖੋ ਕੱਪੜੇ ਸੁੱਕਣੇ ਪਾਏ ਆ, ਮੈਂ ਲਾ ਲਵਾਂ ਸਾਰੇ ਸੁੱਕਣੇ, ਮੈਂ ਸਾਰੇ ਲਾ ਲਵਾਂ। ਹੁਣ ਅੱਜ ਸਾਰਾ ਘਰ ਵੀ ਸਾਫ਼ ਹੋ ਗਿਆ ਅਤੇ ਕੱਪੜੇ ਵੀ ਧੋ ਹੋ ਗਏ, ਅਤੇ ਹੁਣ ਬੱਚੇ ਅੱਜ ਰਹਿ ਜਾਣੇ ਆ ਸਿਰ ਸੁਰ ਵਾਹੁਣ ਤੋਂ। ਮੇਰੇ ਨਾਲ ਇੱਦਾਂ ਹੀ ਹੁੰਦੀ ਹੈ, ਜਿੱਦਣ ਮੇਰੇ ਕੱਪੜੇ ਸਾਰੇ ਚੱਕ ਹੋ ਜਾਣ ਅਤੇ ਬੱਚੇ ਰਹਿ ਜਾਂਦੇ ਆ ਘਰ ਸਾਫ਼ ਹੋ ਜਾਂਦਾ, ਅਤੇ ਜਿੱਦਣ ਬੱਚੇ ਸਵਾਰ ਹੋ ਜਾਣ ਅਤੇ ਉੱਦਣ ਫਿਰ ਬਾਕੀ ਕੰਮ ਉੱਦਾਂ ਹੋ ਜਾਂਦੇ ਆ, ਕਿਉਂਕਿ ਫਿਰ ਵਿੱਚ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ ਹੈ ਅਤੇ ਫਿਰ ਉਹ ਰੋਟੀ ਪਾਣੀ ਕਰਨਾ ਹੁੰਦਾ।
ਹੁਣ ਜਿਹੜੇ ਹੁਣ ਗਿੱਲੇ ਕੱਪੜੇ ਉਹ ਸੁੱਕਣੇ ਪਾਉਂਗੇ ਅਤੇ ਜਿਹੜੇ ਹੁਣ ਜਿਹੜੇ ਆ ਸੁੱਕੇ ਤਹਾਂ ਲਾ ਕੇ ਰੱਖਣੇ ਆ ਮੇਰੇ ਅੱਗੇ ਵੀ ਸੋਫੇ 'ਤੇ ਕਾਫੀ ਕੱਪੜੇ ਪਏ ਉਹ ਵੀ ਚੱਕਣੇ ਆ ਪਰਦੇਸਾਂ 'ਚ ਇੱਦਾਂ ਹੀ ਆ ਜੋ ਇਕੱਲਾ ਬੰਦਾ ਹੋਵੇ ਨਾ ਇੱਦਾਂ ਹੀ ਆ ਫਿਰ ਘਰ ਦਾ ਕੰਮ ਕਦੀ ਕਰ ਲਿਆ ਕਦੀ ਬੱਚੇ ਇੱਦਾਂ ਹੁਣ ਇਹਨਾਂ ਛੁੱਟੀਆਂ ਆ ਘਰ 'ਚ ਖਰਾਰਾ ਵੀ ਜ਼ਿਆਦਾ ਪੈਂਦਾ ਕੰਮ ਵੀ ਜ਼ਿਆਦਾ ਵਧਿਆ ਆ ਕਦੀ ਮੰਮਾ ਕੁਛ ਬਣਾਉਂਦੇ ਕਦੀ ਕੁਛ ਬਣਾਉਂਦੇ ਇੱਦਾਂ ਕਰਕੇ ਸਾਰੀ ਦਿਹਾੜੀ ਰਸੋਈ 'ਚ ਨਿਕਲ ਜਾਂਦੀ ਚਲੋ ਆਹ ਸਾਰੇ ਮੈਂ ਚੱਕ ਲਏ ਥੋੜ੍ਹੇ ਰਹਿ ਗਏ ਉੱਥੇ ਕੱਪੜੇ ਜਿਹੜੇ ਇਹਨਾਂ ਦੇ ਕੰਮ ਵਾਲੇ ਆ ਅਤੇ ਉਹ ਮੈਂ ਹੁਣ ਤਹਾਂ ਲਾ ਕੇ ਰੱਖ ਦੇਣੀ ਚੰਗਾ ਧੰਨਵਾਦ ਮਿਲਦੇ ਆ ਜੀ ਚੰਗੀ ਨੇ ਮਾਲਕ ਨੇ ਆਪ ਲਗਾਈ ਆ ਦੇਖੋ ਕਿੱਡਾ ਕਿੱਡਾ ਫੁੱਲ ਹੋਇਆ ਮਾਲਕ ਨੇ ਆਪ ਇੱਥੇ ਬੀਜੀ ਉਹ ਪਹਿਲਾਂ ਵੀ ਉਹ ਕੱਢ ਕੇ ਲੈ ਗਿਆ ਦੇਖੋ ਕੱਟ ਕੇ ਸੁੱਟਿਆ ਉੱਥੇ ਲਗਾਈ ਉਹ ਆਪਣੇ ਘਰ ਦੇ ਮੁੰਡੇ ਉਹ ਦੇਖੋ ਭੁੱਲ ਗਿਆ ਖੜਾ ਭੁਰੀਆ ਅੱਖੋਂ ਤੇ ਪਾਰਟੀ ਆਵਾਜ਼ ਦਿੰਦੀ ਆ ਪੁਦੀਨਾ ਮੇਰਾ ਹੁਣ ਸੁੱਕ ਗਿਆ ਪੁਦੀਨਾ ਛਿਪੋ ਮੈਂ ਤੁਹਾਨੂੰ ਦਿਖਾਉਂਦੀ ਜਿਹੜਾ ਗੰਨੂਰ ਨੇ ਉੱਦਣ ਧੋਤਾ ਸੀ ਫਰਸ਼ ਦੇਖੋ ਕਿੱਦਾਂ ਚਮਕ ਰਿਹਾ ਤੇ ਘਰ ਦੇ ਮੂਹਰੇ ਸਗੋਂ ਗੰਦਾ ਲੱਗ ਰਿਹਾ ਦੇਖੋ ਕਿੰਨਾ ਫਰਸ਼ ਚਮਕ ਰਿਹਾ ਪਹਿਲਾਂ ਗੰਦਾ ਗੰਦਾ ਲੱਗਦਾ ਹੁੰਦਾ ਗੰਦਾ ਦੇਖੋ ਕਿੱਥੇ ਨਾ ਬਿੱਲੀਆਂ ਚ ਘੁੰਮਦੀ ਇਹ ਕਿੱਥੇ ਗਈ ਉਹ ਲੈ ਘਰ ਨੂੰ ਆ ਜਾ ਪੈਰ ਨਾ ਗਿੱਲੇ ਕਰੀ ਇੱਥੇ ਨੋੜੀ ਦੇਖ ਕਿੱਥੇ ਗਈ ਉਹ ਆ ਮੰਨੇ ਗੁਰਬਾਣੀ ਅਰੇ ਮਾਂ ਫੜ ਲਈ ਮੈਂ ਮਾਂ ਇੱਧਰ ਦੇ ਆ ਸੁੱਕੇ ਸੁੱਕੇ ਘੁੰਮ ਕੇ ਆ ਉੱਤੋਂ ਦੀ ਸੁੱਕੇ ਸੁੱਕੇ ਆਈ ਪਾਣੀ ਜਿਹਾ ਪੈਰ ਪਾਈ ਅਰੇ ਜਲਦੀ ਅਰੇ ਆ ਜਾ ਬੂਟ ਸਾਰੇ ਗੰਦੇ ਕਰ ਲੈਣੇ ਆ ਤੂੰ ਮਿਆਓ ਬਿੱਲੀਆਂ ਨੇ ਤੇ ਮੇਰੀ ਕੁੜੀ ਵੀ ਵਿਗਾੜ ਗਈ ਆ ਨਾ ਉਹਦੀਆਂ ਲੱਗਦੀਆਂ ਇੱਥੇ ਕੀ ਕਰਦੀ ਤੂੰ ਚੱਲ ਘਰ ਨੂੰ ਆ ਜਾ ਸੁੱਕੇ 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 ਹਾਏ ਫੇਰ ਵੀ ਬੂਟ ਲਬੇੜ ਲਏ ਛਿੱਤਰ ਕਿੰਨੇ ਖਾਣੇ ਆ ਮੈਨੂੰ ਦੱਸ ਭੇਡੂ ਕਨੂਰ ਦੇ ਛਿੱਤਰ ਪੈ ਰਹੇ ਛਿੱਤਰ ਉਹਨੂੰ ਕਹਿੰਦਾ ਸੀ ਕੁਛ ਤਾਂ ਫੜ ਕੇ ਢਾਲਿਆ ਕਨੂਰ ਨੂੰ
ਉਹਦੇ ਹੋਰ ਤਾਂ ਸੱਤਾ ਕੁਛ ਨਹੀਂ ਕਹਿਣਾ ਉਹਨੂੰ ਸਤਿ ਸ਼੍ਰੀ ਅਕਾਲ ਦਾਦੀ ਆ ਦੋਨੋਂ ਜਾਣੇ ਉੱਚੀ ਦਿਨ ਕਿਆ ਉਹ ਰੋਦੀ ਫੇਰ ਸੋਰੀ ਮੰਗ ਕੁੱਤਾ ਆਰਾਮ ਦਾ ਚੁੱਪੜੀ ਕਰਦੀ ਸੋਰੀ ਮੁਰਗੀ ਚੁੱਪੜੀ ਕਰਦੀ ਖਰੀਦੀ ਹੈ ਨਾ ਉਹ ਵਿਚਾਰੀ ਬਹਿ ਕੇ ਦੇਖਦੀ ਇਦਾਂ ਕਿੱਦਾਂ ਚਾਚੀ ਦੀ ਗੱਲ ਚਾਚੀ ਦੀ ਗੱਲ ਪਤਾ ਨਹੀਂ ਚਲੋ ਖੇਡੋ ਤੇਰੇ ਵਾਲ ਕਿੱਦਾਂ ਖਿਲ ਰਹੇ ਆ ਵਾਲ ਕਿੱਦਾਂ ਖਿਲਾ ਰਹੇ ਏਕਮ ਆਪਣੇ ਅੱਜ ਏਕਮ ਨੇ ਸੂਟ ਪਾਇਆ ਤਾਂ ਵਾਲ ਖੋਲ ਲੈ ਏਦਾਂ ਸਾਡੇ ਘਰ ਰੋਲਾ ਪੈਂਦਾ ਰੋਜ਼ ਵੀ ਕਿਹੜਾ ਬੁੱਲੀ ਬੱਕਰਾ ਬਿੱਲੀ ਬੱਕਰਾ ਆਦੀ ਮਨ ਮਾ ਕੇ ਮਾਰਦਾ ਕਾਹਦੇ ਆ ਗਨੂਰ ਮੇਰੇ ਬੈਡ ਦਾ ਕੀ ਹਾਲ ਬਣਾ ਦਿੱਤਾ ਇਹਨਾਂ ਨੇ ਦੱਸਿਓ ਕਮੈਂਟ 'ਚ ਕਿਹਦੇ ਘਰ ਏਦਾਂ ਤਮਾਸ਼ਾ ਹੁੰਦਾ ਆ ਮੇਰੇ ਘਰ 'ਤੇ ਇੱਦਾਂ ਰੋਲਾ ਪੈਂਦਾ ਰਹਿੰਦਾ ਸਾਰੀ ਦਿਹਾੜੀ ਰੋਲਾ ਵੀ ਭਾਗਣ ਹੀ ਪੈਂਦਾ ਆ ਨਾ ਵਾਹਿਗੁਰੂ ਦਾ ਸ਼ੁਕਰ ਆ ਉਹ ਦੇ ਚੌਥੀ ਆ ਤੀਜੀ ਦੇਖੋ ਤੀਜੀ ਦੇਖੋ ਤੀਜੀ ਪੇਠਾ ਖਾਂਦੀ ਨਾਲ ਪੇਠਾ ਖਾਂਦੀ ਨਾਲੇ ਕਰੀਮਨ ਲਾਈਕ ਸ਼ੇਅਰ ਕਮੈਂਟ ਕਹਿਦੇ ਕਰਨ ਨੂੰ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਆ ਦੇਖੋ ਕਿ ਮੈਂ ਖਾਂਦੀ ਪੇਠਾ ਖਾ ਲਓ ਸਾਰੇ ਜਾਣੇ ਉਹਨੂੰ ਲਾਈਕ ਸ਼ੇਅਰ ਕਮੈਂਟ ਕਹਿ ਲੈਂਦੇ ਇਹ ਹੁਣ ਸ਼ਾਮਾਂ ਦਾ ਵੇਲਾ ਤੇ ਇਹਨਾਂ ਦਾ ਇਹ ਹਾਲਤ ਬਣ ਜਾਂਦੀ ਬਾਲ ਬੂਲ ਖਿਲਰ ਜਾਂਦੇ ਆ ਇਸ ਵੇਲੇ ਤੱਕ ਮੇਰੀ ਬੁਗਰੀ ਕਿੰਨੀਆਂ ਇਹ ਗੱਲਾਂ ਕਰਦੀਆਂ ਇਹ ਚੋਰੀਆਂ ਚੋਰੀਆਂ ਬੁਗਰੀਆਂ ਬੁਗਰੀਆਂ ਮਨ ਕੀ ਕੀਤਾ ਮਨ ਕੀ ਕੀਤਾ ਤੂੰ ਹੈਗਾ ਪਾਕਿਸਤਾਨ ਚ ਉਹ ਫੈਂਟਾ ਕੋਕਾ ਪੀਂਦਾ ਯੂਟਿਊਬ ਤੇ ਬਹੁਤ ਮਸ਼ਹੂਰ ਆ ਗੂਗਲ ਤੇ ਕੱਢ ਲਈ ਏਦੀ ਬੋਤਲਾਂ ਪੀ ਜਾਂਦਾ ਏਦੀ ਸਪਰਾਈਟ ਫੈਂਟੇ ਦੀਆਂ ਮੂੰਹ ਨਾ ਚੱਕ ਕੇ ਆ ਉਹਦਾ ਨਾਂ ਆਇਆ ਖਰੇ ਬਿੱਲੂ ਬੱਕਰਾ ਤਾਂ ਹੀ ਮਸ਼ਹੂਰ ਆ ਆਪਾਂ ਆਪਣੇ ਯੂਟਿਊਬ ਤੇ ਬਿੱਲੂ ਬੱਕਰਾ ਮਸ਼ਹੂਰ ਕਰਤਾ ਬੰਦ
ਚਲੋ ਮੈਂ ਰੋਟੀ ਪਾਣੀ ਕਰਨਾ ਇਹਨਾਂ ਤੇ ਲੜੀ ਜਾਣਾ ਉਹਨੂੰ ਪੁੱਠੀ ਸਿੱਧੀ ਨਾ ਕਰ ਦਿਓ ਕੀ ਕਹਿੰਦੀ ਭਲਾ ਕੀ ਕਿਹਾ ਮਨ ਗਾਲ ਕੱਢੀ ਕੀ ਗਾਲ ਕੱਢੀ ਮਨ ਕਹਿ ਦੇ ਫਿਰ ਮਨ ਰੂਪ ਕਹਿ ਦੇ ਬੱਕਰੀ ਡੇਡ ਬੱਕਰੀ ਵਾਲ ਕਿੱਦਾਂ ਖਿਲਾਰੇ ਆ ਮਨ ਨੇ ਖਿਲਾਰੇ ਕਦੋਂ ਆਪੇ ਖਿਲਾਰ ਲੈ ਆਪੇ ਫੈਸ਼ਨ ਕਰਦੀ ਰਿਹਾ ਕਰ ਪੁੱਠੇ ਸਿੱਧੇ ਚਲੋ ਓਕੇ ਖਿਲਾਰਾ ਬਹੁਤ ਪਿਆ ਆ ਓਕੇ ਇਹ ਖਿਲਾਰਾ ਕੱਲ ਨੂੰ ਚਲ ਜਾਣੇ ਅਸੀਂ ਇੰਡੀਆ ਜਾ ਰਹੇ ਹਾਂ ਜੀ ਕੱਲ ਨੂੰ ਆਹੋ ਖਿੱਚਦੇ ਫੋਟੋ ਹੁਣ ਸ਼ਾਮ ਪੈ ਗਈ ਆ ਅਤੇ ਹੁਣ ਮੈਂ ਬਣਾਉਣ ਲੱਗੀ ਹਾਂ ਆਲੂ ਮਟਰ ਗਾਜਰਾਂ ਦੀ ਸਬਜ਼ੀ ਇਹ ਇਹਦੇ ਪਾਪਾ ਦੀ ਫੇਵਰੇਟ ਸਬਜ਼ੀ ਆ ਅਤੇ ਬਹੁਤ ਹੀ ਟੇਸਟੀ ਬਣਦੀ ਆ ਚਲੋ ਮੈਂ ਉਹਨੂੰ ਸਾਰਾ ਤੜਕਾ ਵਗੈਰਾ ਕੱਟ ਕੇ ਰੱਖ ਲਿਆ ਸਭ ਤੋਂ ਪਹਿਲਾਂ ਮੈਂ ਕੜਾਹੀ 'ਚ ਪਾਇਆ ਜੀਰਾ ਲਸਣ ਅਦਰਕ ਇਹਨੂੰ ਮਾੜਾ ਜਿਹਾ ਦੂਜਾ ਹੋਣ ਦੇਣਾ ਆ ਆਪਾਂ ਲਾਈਟ ਬਰਾਊਨ ਫਿਰ ਪਾ ਦਿੱਤੇ ਵਿੱਚ ਪਿਆਜ਼ ਅਤੇ ਜਦੋਂ ਮੈਂ ਤੜਕਾ ਲਗਾ ਲਿਆ ਫਿਰ ਮੈਂ ਇੱਕ ਪਾਸੇ ਸਬਜ਼ੀ ਪੱਕਣ ਦਊਂਗੀ ਦੂਜੇ ਪਾਸੇ ਮੈਂ ਰੋਟੀਆਂ ਲਾ ਲੂੰਗੀ ਹੁਣ ਤੜਕਾ ਤਕਰੀਬਨ ਪੱਕ ਚੁੱਕਾ ਹੈ ਲੂਣ ਵਿੱਚ ਪਾਇਆ ਕਾਲੀ ਮਿਰਚ ਲਾਲ ਮਿਰਚ ਅਤੇ ਮਸਾਲਾ ਗਰਮ ਅਤੇ ਹਲਦੀ ਥੋੜ੍ਹਾ ਜਿਹਾ ਸੁੰਡ ਪਾਈ ਵਿੱਚ ਕਿਉਂਕਿ ਜਿੱਦਾਂ ਹੀ ਬਿਮਾਰੀ ਚੱਲਦੀ ਆ ਆਪਾਂ ਨੂੰ ਸੁੰਡ ਅਤੇ ਅਦਰਕ ਵਗੈਰਾ ਜ਼ਿਆਦਾ ਪਾ ਕੇ ਸਬ ਦਾਲ ਸਬਜ਼ੀ 'ਚ ਖਾਣਾ ਚਾਹੀਦਾ ਆ ਹੁਣ ਥੋੜ੍ਹਾ ਗਰਮ ਮਸਾਲਾ ਪਾਇਆ ਲਾਸਟ 'ਚ ਅਤੇ ਜਿੱਦਾਂ ਚਾਹ ਦੇ ਵਿੱਚ ਵੀ ਆਪਾਂ ਲੌਂਗ ਇਲਾਚੀ ਪੂਰੀ ਪਾ ਕੇ ਚਾਹ ਬਣਾਉਣੀ ਚਾਹੀਦੀ ਮੈਂ ਸੈਂਪਰੇ ਇੱਦਾਂ ਬਣਾਉਂਦੀ ਹਾਂ ਚਾਹ ਤਾਂ ਹੀ ਅਸੀਂ ਜਿੱਦਾਂ ਇੱਦਾਂ ਦੀ ਬਿਮਾਰੀ ਤੋਂ ਬਚੇ ਹੋਵਾਂ ਅਤੇ ਉੱਦਾਂ ਵੈਕਸੀਨ ਵੀ ਲਵਾ ਲਈ ਅਗਰ ਨੂਰ ਨੇ ਵੀ ਅਸੀਂ ਵੀ ਦੋਨਾਂ ਨੇ ਲਵਾਈ ਹੁਣ ਸਾਡੀ ਤੀਜੀ ਲਈ ਵੈਕਸੀਨ ਲੱਗਣੀ ਆ ਚਲੋ ਹੁਣ ਮੈਂ ਵਿੱਚ ਗਾਜਰਾਂ ਐਡ ਕਰਤੇ ਆ ਅਸੀਂ ਹੁਣ ਵਿੱਚ ਆਲੂ ਐਡ ਕਰਤੇ ਆ ਅਤੇ ਹੁਣ ਵਿੱਚ ਮਟਰ ਜਿੱਦਾਂ ਮੈਂ ਇੱਕੋ ਦਮ ਨਹੀਂ ਸਾਰੇ ਐਡ ਕੀਤੇ ਪਹਿਲਾਂ ਮਾੜਾ ਜਿਹਾ ਆਲੂਆਂ ਨੂੰ ਪਕਾਇਆ ਗਾਜਰਾਂ ਨੂੰ ਪਕਾਇਆ ਵੀ ਆਲੂ ਵਿੱਚ ਮਾੜੇ ਜਿਹੇ ਪਕਾਏ ਅਤੇ ਮਟਰ ਆਪਣੇ ਪਤਾ ਹੀ ਤਕਰੀਬਨ ਹੋਏ ਹੁੰਦੇ ਆ ਉਹ ਮੈਂ ਫਿਰ ਲਾਸਟ 'ਚ ਪਾਏ ਆ ਵਿੱਚ ਮੈਂ ਕੈਮਰਾ ਬੰਦ ਕਰ ਲੈਂਦੀ ਸੀ ਅਤੇ ਹੁਣ ਜਿੱਦਾਂ ਵਿੱਚ ਉੱਪਰ ਕਸੂਰੀ ਮੇਥੀ ਪਾ ਦਿੱਤੀ ਆ ਹਰੀ ਅਤੇ ਹੁਣ ਮੈਂ ਖੀਰਾ ਵੀ ਕੱਟ ਲਿਆ ਸੀਗਾ ਤੁਹਾਨੂੰ ਦਿਖਾਇਆ ਅਤੇ ਹੁਣ ਮੈਂ ਜਦ ਕੇ ਆਟਾ ਗੁੰਨ ਲੈਣਾ ਆ ਅਤੇ ਸਾਰੇ ਰੋਟੀ ਨੂੰ ਕਾਲੇ ਪਏ ਆ ਅਤੇ ਹੁਣ ਇੱਧਰ ਮੈਂ ਆਟਾ ਗੁੰਨ ਰਹੀ ਹਾਂ ਅਤੇ ਦੂਜੇ ਪਾਸੇ ਤਵੇ ਰੱਖੇ ਹੋ ਅਤੇ ਨਾਲ ਦੀ ਨਾਲ ਫਿਰ ਮੈਂ ਰੋਟੀ ਵੀ ਬਣਾ ਲੈਣੀ ਜਦ ਤੱਕ ਸਬਜ਼ੀ ਸਾਡੀ ਰੈਡੀ ਹੋ ਜਾਣੀ ਪਲੀਜ਼ ਜੇ ਕੋਈ ਨਵਾਂ ਤੂੰ ਨਹੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਮਿਹਨਤ ਹੁੰਦੀ ਆ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬੱਚਿਆਂ ਦਾ ਕੁਛ ਨਾ ਇੱਦਾਂ ਕਿ ਉਹ ਵੀ ਲੜਦੇ ਹੋਏ ਇੱਦਾਂ ਹੀ ਨਾ ਭੈਣ ਭਰਾ ਜੋ ਇਕੱਠੇ ਰਲੇ ਹੋਣ ਇੱਦਾਂ ਹੀ ਲੜਦੇ ਰਹਿੰਦੇ ਹੁੰਦੇ ਅਤੇ ਇੱਦਾਂ ਫਿਰ ਇਹਨਾਂ ਦੀ ਸੁਲਾਹ ਹੋ ਜਾਂਦੀ ਆ ਇੱਦਾਂ ਹੀ ਸਾਰੀ ਦਿਹਾੜੀ ਖੱਪ ਖਾਨਾ ਪਾਈ ਰੱਖਦੇ ਆ ਆਪਣੇ ਘਰ ਸਬਜ਼ੀ ਤਕਰੀਬਨ ਮੇਰੀ ਪੱਕ ਚੁੱਕੀ ਆ ਅਤੇ ਇੱਧਰ ਮੈਂ ਉਹਨੂੰ ਰੋਟੀ ਬਣਾਉਣ ਦਈ ਹਾਂ ਅਜੇ ਵੀ ਮੈਂ ਸਿਮ 'ਤੇ ਰੱਖਤੀ ਆ ਜਦ ਕਿ ਪੱਕੀ ਜਾਣੀ ਹੈ ਜਦ ਤੱਕ ਮੈਂ ਰੋਟੀ ਬਣਾਈ ਜਾਣੀ ਇੱਧਰ ਰੋਟੀ ਨਾਲ ਹੀ ਜੁੜ ਗਈ ਦੁਬਾਰਾ ਪੀੜਾ ਕਰਨਾ ਪਿਆ ਇੱਧਰ ਰੋਟੀ ਫੁੱਲ ਗਈ ਆ ਚਲੋ ਹੁਣ ਮੈਂ ਰੋਟੀ ਬਣਾ ਲਈ ਆ ਅਤੇ ਮੈਂ ਇਹਨਾਂ ਨੂੰ ਸਰਵ ਕਰ ਦੇਵਾਂ ਤਕਰੀਬਨ ਬਾਣੀ ਚੱਕੀ ਆ ਰੋਟੀ ਦੋ ਤਵੇ ਰੱਖੇ ਸੀਗੇ ਮੈਂ ਸਾਰੇ ਬੈਠੇ ਆ ਟੇਬਲ 'ਤੇ ਭੁੱਖ ਲੱਗੀ ਬਹੁਤ ਜ਼ਿਆਦਾ ਅੱਜ ਥੋੜ੍ਹੀ ਮੈਂ ਲੇਟ ਹੀ ਹੋ ਗਈ ਆਹ ਦੇਖੋ ਮੈਂ ਰੋਟੀ ਸਰਵ ਕਰਤੀ ਆ ਹੁਣ ਬੱਚਿਆਂ ਨੂੰ
ਦਹੀਂ ਰਾਤ ਨੂੰ ਅਸੀਂ ਨਹੀਂ ਖਾਂਦੇ।